ਸਾਡੀ ਧਰਤੀ ਸਾਡੇ ਲੋਕ ਚੈਨਲ ਵੇਖਣ ਵਾਲੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਤੇ ਅੱਜ ਅਸੀਂ ਪਹੁੰਚੇ ਆ ਬਾਬਾ ਸ਼ਾਮ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਫਤਿਹਵਾਲਾ ਦੇ ਵਿੱਚ ਜਿਵੇਂ ਕਿ ਆਪਾਂ ਸਭ ਨੂੰ ਪਤਾ ਆ ਕਿ ਅੱਜ ਕੱਲ ਜਿਹੜਾ ਮਾਹੌਲ ਆ ਉਹ ਗਰਮੀ ਦਾ ਚੱਲ ਰਿਹਾ ਹੈ ਅੱਗੇ ਸਾਨੂੰ ਸਮਰ ਵਕੇਸ਼ਨ ਜਿਹੜੀਆਂ ਉਹ ਪੈ ਰਹੀਆਂ ਨੇ ਗਰਮੀ ਦੀਆਂ ਛੁੱਟੀਆਂ ਪੈ ਰਹੀਆਂ ਨੇ ਇਹਦੇ ਵਿੱਚ ਸਾਡੇ ਜਿਹੜੇ ਸਕੂਲ ਨੇ ਉਹ ਵੱਖਰੇ ਵੱਖਰੇ ਥਾਵਾਂ 'ਤੇ ਜਿਹੜਾ ਵਾ ਉਹ ਟ੍ਰਿਪ ਵਗੈਰਾ ਲੈ ਕੇ ਜਾਂਦੇ ਨੇ ਜਿੱਦਾਂ ਵੰਡਰਲੈਂਡ ਹੋ ਗਿਆ ਫਨ ਆਈਲੈਂਡ ਹੋ ਗਿਆ ਇਦਾਂ ਕਰਕੇ ਉਹ ਜਿਹੜੇ ਕਾਫੀ ਜਿਹੜੇ ਜਗ੍ਹਾ ਨੇ ਉਹ ਕੋਸਟਲੀ ਨੇ ਉੱਥੇ ਆਉਣ ਜਾਣ ਦਾ ਖਰਚਾ ਵੀ ਪੈ ਜਾਂਦਾ ਹੈ ਸੋ ਬਾਬਾ ਸ਼ਾਮ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਇਹਨਾਂ ਦੇ ਅਧਿਆਪਕ ਸਾਹਿਬਾਨਾਂ ਵੱਲੋਂ ਇੱਕ ਵੱਖਰੀ ਤਰ੍ਹਾਂ ਦਾ ਉਪਰਾਲਾ ਜਿਹੜਾ ਉਹ ਕੀਤਾ ਗਿਆ ਇਹਨਾਂ ਨੇ ਉਹੋ ਜਿਹਾ ਇਨਵਾਇਰਮੈਂਟ ਆ ਜਿਹੜਾ ਉਹ ਸਕੂਲ ਦੇ ਵਿੱਚ ਦੇਣ ਦੀ ਕੋਸ਼ਿਸ਼ ਕੀਤੀ ਹੈ ਆਓ ਤੁਹਾਨੂੰ ਵਿਖਾਉਂਦੇ ਹਾਂ ਕਿ ਸਕੂਲ ਦੇ ਵਿੱਚ ਅਧਿਆਪਕ ਸਾਹਿਬਾਨਾਂ ਨੇ ਕੀ ਉਪਰਾਲਾ ਕੀਤਾ ਆਹ ਵੇਖੋ ਜੀ ਸਕੂਲ ਪਾਰਟੀ ਇਹਨਾਂ ਨੇ ਇਸ ਚੀਜ਼ ਦਾ ਨਾਮ ਰੱਖਿਆ ਆ ਉਦਾਂ ਦਾ ਇਨਵਾਇਰਮੈਂਟ ਦਿੱਤਾ ਹੈ ਛੋਟੇ ਛੋਟੇ ਬੱਚਿਆਂ ਲਈ ਕਿ ਕਿੱਦਾਂ ਉਹ ਇੰਜੋਏ ਕਰ ਸਕਦੇ ਆ ਸਾਹਮਣੇ ਪਾਰਕ ਦੇ ਵਿੱਚ ਬੈਠੇ ਨੇ ਉਹਨਾਂ ਦੇ ਖੇਡ ਵਾਸਤੇ ਅੱਗੇ ਸਭ ਤੋਂ ਵੱਡੀ ਗੱਲ ਆਹ ਵੇਖੋ ਜੇਕਰ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਪੂਲ ਪੂਲ ਦੇ ਵਿੱਚ ਬੱਚੇ ਜਿਸ ਤਰੀਕੇ ਨਾਲ ਇੰਜੋਏ ਕਰਦੇ ਨੇ ਉਸ ਤਰੀਕੇ ਨਾਲ ਟੀਚਰਸ ਨੇ ਆਪਣੀ ਐਫਰਟ ਲਾ ਕੇ ਆਪਣੀ ਮਿਹਨਤ ਲਾ ਕੇ ਜਿਹੜਾ ਵਾ ਉਹ ਸਾਹਮਣੇ ਤੁਸੀਂ ਅੰਬਰੇਲਾ ਦੇਖ ਸਕਦੇ ਹੋ ਮੇਰੇ ਖਿਆਲ ਦੇ ਵਿੱਚ ਜਿਹੜਾ ਵਾ ਉਹ ਕਾਫੀ ਕੁਛ ਜਿਹੜਾ ਬੱਚਿਆਂ ਦਾ ਇੰਜੋਏ ਵੀ ਹੋ ਜਾਂਦਾ ਫ੍ਰੀ ਆਫ ਕੋਸਟ ਇਹਦਾ ਖਰਚਾ ਵੀ ਕੋਈ ਨਹੀਂ ਇਹ ਅਧਿਆਪਕ ਸਾਹਿਬਾਨ ਆਪਦੇ ਬਲ ਬੂਤੇ 'ਤੇ ਜਿਹੜਾ ਬੱਚਿਆਂ ਨੂੰ ਜਿਹੜਾ ਵਾ ਉਹ ਇੰਜੋਏ ਕਰਾ ਰਹੇ ਸੋ ਜੇਕਰ ਤੁਹਾਨੂੰ ਇੱਦਾਂ ਦੀ ਵੀਡੀਓ ਜਿਹੜੀ ਆ ਉਹ ਪਸੰਦ ਆਈ ਤਾਂ ਤੁਸੀਂ ਅੱਗੇ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਇਹ